ਵੈਲਕਮ ਟੂ ਮਾਈ ਯੂਟਿਊਬ ਚੈਨਲ ਦੀਪਕ ਰਾਜਨ। ਸੋ ਦੋਸਤੋ, ਕਹਿੰਦੇ ਹੁੰਦੇ ਨਾ ਹਰ ਟ੍ਰਿਪ ਦੀ ਜਰਨੀ ਬਹੁਤ ਹੀ ਸੋਹਣੀ ਹੋਣੀ ਚਾਹੀਦੀ ਆ। ਸੋ ਮੈਨੂੰ ਦੱਸ ਦਿਓ, ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਲਖਪਤ ਦੇ ਵਿੱਚ ਹਾਂ, ਜਿੱਥੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਔਰ ਉਹਨਾਂ ਨੇ ਆਪਣੇ ਚਰਨ ਪਾਏ। ਪਿੱਛੇ ਜੋ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਔਰ ਜਿੱਥੇ ਉਹ ਰੁਕੇ ਸੀਗੇ, ਉਹ ਵਾਲਾ ਮਕਾਨ ਵੀ ਹੈ, ਦਰਬਾਰ ਸਾਹਿਬ ਕਿਹਾ ਜਾਂਦਾ ਜਿਹਨੂੰ। ਸੋ ਆਪਾਂ ਅੰਦਰ ਚੱਲਦੇ ਹਾਂ ਔਰ ਇੱਥੋਂ ਦੇ ਜਿਹੜੇ ਮੇਨ ਮੈਨੇਜਰ ਨੇ, ਹੈੱਡ ਗ੍ਰੰਥੀ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤੁਹਾਨੂੰ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਾਰੇ ਜਾਣੂ ਕਰਾਉਂਦੇ ਹਾਂ। ਸੋ ਚੱਲਦੇ ਹਾਂ ਫਿਰ ਔਰ ਤੁਹਾਨੂੰ ਗੁਰਦੁਆਰਾ ਸਾਹਿਬ ਘੁਮਾਉਂਦੇ ਹਾਂ। ਜ਼ਿਆਦਾ ਕੁਛ ਨਹੀਂ ਮੈਂ ਦੱਸੂੰਗਾ ਕਿਉਂਕਿ ਸਾਰੀ ਹਿਸਟਰੀ ਉਹ ਡਿਟੇਲ ਦੇ ਵਿੱਚ ਦੱਸਣਗੇ। ਸੋ ਦਰਸ਼ਨ ਕਰਦੇ ਹਾਂ ਔਰ ਪੂਰਾ ਲਖਪਤ ਦਾ ਕਿਲ੍ਹਾ ਤੁਹਾਨੂੰ ਘੁਮਾਉਂਦੇ ਹਾਂ। ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਅਸਥਾਨ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਦੋ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਘਰ ਦੇ ਵਿੱਚ ਆ ਕੇ ਠਹਿਰਦੇ ਨੇ। ਦੂਸਰੀ ਉਦਾਸੀ 1506 ਤੋਂ 13 ਦੇ ਵਿਚਕਾਰ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ। ਦੂਸਰੀ ਵਾਰ ਜਿਹੜੀ ਉਹਨਾਂ ਦੀ ਚੌਥੀ ਉਦਾਸੀ ਹੈ, ਜਿੱਦਾਂ ਭਾਈ ਮਰਦਾਨਾ ਜੀ ਉਰੇ ਕਹਿਣ 'ਤੇ ਸਾਊਦੀ ਅਰਬ ਨੂੰ ਜਾਂਦੇ ਸਮੇਂ ਇਹ ਕਿਸੇ ਦਾ ਘਰ ਸੀਗਾ, ਇਸ ਘਰ ਦੇ ਵਿੱਚ ਆ ਕੇ ਰੁਕਦੇ ਨੇ। ਕਾਫੀ ਪ੍ਰੇਮੀ ਪਰਿਵਾਰ ਸੀ, ਇਹ ਹਿੰਦੂ ਪਰਿਵਾਰ ਸੀ ਸੀਗਾ। ਜਦੋਂ ਇਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਹਨ ਤਾਂ ਕਾਫੀ ਲੋਕਾਂ ਨੂੰ ਪਤਾ ਚੱਲਦਾ ਹੈ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਜਾਂ ਸਤਸੰਗਤ ਕਰਨ ਦੇ ਵਾਸਤੇ ਕਾਫੀ ਸੰਗਤਾਂ ਇਕੱਤਰ ਹੁੰਦੀਆਂ ਨੇ। ਰੋਜ਼ ਇੱਕ ਦਿਨ, ਦੋ ਦਿਨ, ਚਾਰ ਦਿਨ ਇਸ ਤਰ੍ਹਾਂ ਕਰਦੇ ਕਰਦੇ ਤਕਰੀਬਨ 21 ਦਿਨ ਗੁਰੂ ਨਾਨਕ ਪਾਤਸ਼ਾਹ ਇਸ ਘਰ ਦੇ ਵਿੱਚ ਰੁਕੇ। ਅਤੇ 21 ਦਿਨਾਂ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਅੱਗੇ ਜਾਣ ਦੀ ਤਿਆਰੀ ਕਰਦੇ ਹਨ ਤਾਂ ਜਿਹੜੀਆਂ ਵੀ ਸੰਗਤਾਂ ਇਕੱਤਰ ਹੁੰਦੀਆਂ ਅਤੇ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਨਿਸ਼ਾਨੀ ਦੇ ਕੇ ਜਾਓ ਜਿਸ ਦੇ ਦੁਆਰਾ ਅਸੀਂ ਆਪ ਜੀ ਨੂੰ ਯਾਦ ਕਰੀਏ। ਤਾਂ ਉਸ ਸਮੇਂ ਦੀਆਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪਾਵਨ ਕੜਾਵਾਂ ਨੇ, ਉਹ ਅੱਜ ਵੀ ਇਸ ਪਾਵਨ ਅਸਥਾਨ ਦੇ ਵਿੱਚ ਅੰਦਰ ਜਿਹੜਾ ਸ਼ੋਕੇਸ਼ ਬਣਿਆ ਹੋਇਆ ਉਹਦੇ ਵਿੱਚ ਸ਼ੋਭਿਤ ਹਨ। ਖੜਾਵਾਂ ਦੇਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਇੱਥੋਂ ਦਰਿਆ ਦੇ ਤੌਰ 'ਤੇ ਅੱਗੇ ਚਲੇ ਜਾਂਦੇ ਹਨ, ਸੋਮੀਆਨਾ ਬੰਦਰਗਾਹ ਪਾਕਿਸਤਾਨ, ਕਰਾਂਚੀ, ਬਗਦਾਦ ਹੁੰਦੇ ਹੋਏ। ਜਿਨ੍ਹਾਂ ਦਾ ਘਰ ਸੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਏ ਵੀ ਇੰਨਾ ਸਮਾਂ ਇੱਥੇ ਸਤਸੰਗਤ ਹੋਈ, ਕਿਉਂ ਨਾ ਇਹਨੂੰ ਇੱਕ ਸਮੇਂ ਦੇ ਮੁਤਾਬਕ ਧਰਮਸਾਲ ਬਣਾਈ ਜਾਵੇ। ਉਹ ਆਪਣਾ ਘਰ ਛੱਡ ਦਿੰਦੇ ਹਨ, ਇੱਕ ਧਰਮਸਾਲ ਬਣ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲੇ ਜਾਣ ਤੋਂ ਬਾਅਦ ਇਹ ਪਾਵਨ ਅਸਥਾਨ ਗੁਰਦੁਆਰਾ ਬਣ ਜਾਂਦਾ, ਜਿਹੜੀ ਅੱਜ ਇਹ ਇਮਾਰਤ
ਵਰਲਡ ਹੈਰੀਟੇਜ ਯੂਨੈਸਕੋ ਵੱਲੋਂ ਸਨਮਾਨਿਤ ਕੀਤੀ ਗਈ ਹੈ। ਦੇਖਣ ਨੂੰ ਤਾਂ ਕਾਫੀ ਥੋੜ੍ਹੀ ਡੈਮੇਜ ਲੱਗਦੀ ਹੈ, ਪਰ ਇਹਦੀ ਕੁਛ ਧਾਰਾਵਾਂ ਐਸੀਆਂ ਹੋਣ ਕਰਕੇ ਆਪਾਂ ਇਹਨਾਂ ਨੂੰ ਰੰਗ ਰੋਗਨ ਜਾਂ ਪਲਸਤਰ ਵਗੈਰਾ ਨਹੀਂ ਕਰਵਾ ਸਕਦੇ। ਪਰ ਇੰਨਾ ਹੈ ਸਾਡੀ ਸੰਗਤ ਦੇ ਵਾਸਤੇ ਬਹੁਤ ਵਧੀਆ ਕਿ ਇੱਕ ਪੁਰਾਤਨ ਚੀਜ਼ ਦੇ ਸਾਨੂੰ ਦਰਸ਼ਨ ਹੁੰਦੇ ਹਨ, ਜਿਸ ਕਰਕੇ ਸਾਨੂੰ ਸਕੂਨ ਮਿਲਦਾ ਹੈ। ਅੰਦਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੜਾਵਾਂ ਦੇ ਵੀ ਦਰਸ਼ਨ ਕਰ ਸਕਦੇ ਹੋ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਜੋ ਪ੍ਰਕਾਸ਼ ਰੋਜ਼ ਸਵੇਰਾ ਸ਼ਾਮ ਜਿਸ ਤਰ੍ਹਾਂ ਆਪਣੇ ਗੁਰੂ ਘਰਾਂ ਦੀ ਮਰਿਆਦਾ ਹੈ, ਉਸੇ ਤਰ੍ਹਾਂ ਇਸ ਅਸਥਾਨ 'ਤੇ ਸੇਵਾ ਚੱਲਦੀ ਹੈ। ਭਾਵੇਂ ਇੱਕ ਏਰੀਆ ਬੀਆਬਾਨ ਲੱਗਦਾ ਹੈ, ਪਰ ਸੰਗਤ ਦੇ ਸਹਿਯੋਗ ਦੇ ਨਾਲ ਰਹਿਣ ਦਾ ਪ੍ਰਸ਼ਾਦਾ ਪਾਣੀ ਸਾਰਾ ਮਿਲਦਾ ਹੈ। ਕਦੋਂ ਵੀ ਕੋਈ ਵੀ ਆਵੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਭਨਾਂ ਦਾ ਜੀਓ ਆਇਆ ਧੰਨਵਾਦ, ਆਪ ਵੀ ਆਇਓ ਆਪ ਜੀ ਦਾ ਵੀ ਧੰਨਵਾਦ। ਇਸੇ ਤਰ੍ਹਾਂ ਹੀ ਇਸ ਅਸਥਾਨ ਦੀ ਜੋ ਪ੍ਰਚਾਰ ਹੈ ਉਹ ਹੋ ਸਕਦਾ ਹੈ ਔਰ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ ਇਹ ਪ੍ਰਚਾਰ ਹੋਰ ਵਧੇ, ਹੋਰ ਸੰਗਤਾਂ ਪਹੁੰਚਣ, ਸਤਿਗੁਰਾਂ ਦੇ ਜੋ ਖੜਾਵਾ ਹਨ ਜਿਹ ਪਾਵਨ ਅਸਥਾਨ ਹੈ ਉਸਦੇ ਦਰਸ਼ਨ ਕਰਕੇ ਸਾਡਾ ਜੋ ਜਨਮ ਸਫਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੋਸਤੋ, ਆਈ ਹੋਪ ਤੁਹਾਨੂੰ ਬਾਬਾ ਜੀ ਦੀ ਜਿਹੜੀ ਦਿੱਤੀ ਹੋਈ ਜਾਣਕਾਰੀ ਔਰ ਹਿਸਟਰੀ ਉਹਨਾਂ ਨੇ ਦੱਸੇ ਲਖਪਤ ਫੋਰਟ ਔਰ ਗੁਰਦੁਆਰਾ ਸਾਹਿਬ ਦੇ ਬਾਰੇ, ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਨੇ ਪ੍ਰੋਪਰ ਤੁਹਾਨੂੰ ਸਮਝਾਇਆ ਦੱਸਿਆ, ਅਤੇ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਜਾਣਕਾਰੀ ਮਿਲ ਗਈ ਹੈ। ਇੱਦਾਂ ਕਰਕੇ ਪ੍ਰੋਪਰ ਜਿਹੜੀ ਇਹ ਸੀਰੀਜ਼ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਨੌਲੇਜ ਫੁੱਲ ਚੀਜ਼ਾਂ ਦੇਖਣ ਨੂੰ ਮਿਲ ਗਈਆਂ। ਤੋ ਚਲੋ ਦਿਖਾਉਂਦੇ ਹਾਂ ਤੁਹਾਨੂੰ ਲਖਪਤ ਫੋਰਟ ਔਰ ਪੂਰਾ ਉੱਥੋਂ ਦਾ ਵਿਲੇਜ ਏਰੀਆ ਔਰ ਮੰਦਿਰ।
ਆਪਣਾ ਪੰਜਾਬੀ ਕੋਈ ਪਰਿਵਾਰ ਨੀ ਕਿਲੇ ਵੈਸੇ ਟੋਟਲ ਹੀ ਇਸਲਾਮ ਹੈਗਾ ਮੋਮਡਨ ਹੈਗੇ ਪੰਜ ਕੇ ਚਾਰ ਪਰਿਵਾਰ ਹਿੰਦੂਆਂ ਦੇ ਹੈਗੇ ਕਿਲੇ ਦੇ ਅੰਦਰ ਤੇ ਜਿੱਦਾਂ ਤਹਿਸੀਲ ਪੈਂਦੀ ਲਖਪਤ ਵੈਸੇ ਜਿੰਨੇ ਵੀ ਕਾਰਿਆਲੇ ਵਗੈਰਾ ਹੈਗੇ ਸਾਰੇ ਦਇਆਪੁਰ ਚਲੇ ਗਏ ਤੇ ਉਹਦੇ ਵਿੱਚ ਨਹੀਂ ਅਸੀਂ ਨਰੇ ਤੋਂ ਤਕਰੀਬਨ 55 ਕਿਲੋਮੀਟਰ ਤਹਿਸੀਲ ਲਖਪਤ ਹੀ ਪੈਂਦੀ ਉਹਨੂੰ ਵੀ ਜਿੰਨੇ ਆਉਣਾ ਅੰਦਰ ਬਣਾ ਲੈਂਦਾ ਵਧੀਆ ਨੀ ਸੀਗਾ ਅੰਦਰ ਅੰਦਰ ਲਾਈਟ ਨੀ ਅੰਦਰ ਡਾਰਕ ਹੈ ਜ਼ਿਆਦਾ ਬਹੁਤ ਘੁੰਮ ਕੇ ਵੀਡੀਓ ਬਣਾ ਲਾ ਕੇ ਇੱਕ ਥਾਂ ਟਿਕਾ ਕੇ ਬਣਾਵਾ ਇੱਕ ਜਗ੍ਹਾ ਤੇ ਖੜੇ ਹੋ ਗਏ ਹਮ ਖੜੇ ਹੋ ਗਏ